ਇੱਥੋਂ ਤੂਤੀ ਆ ਤੂਤੀਆਂ ਵੇਚ ਰਹੀ ਹੈ ਦੇਖੋ ਦੁਆ ਸਿੱਧ ਐ ਉਰੇ ਸਮਾਨ ਦੀ ਢੋਆ ਢੋਈ ਹੁੰਦੀ ਹੈ ਲੋ ਬਈ ਕੱਢਦਾ ਜੂਸ ਇਹ ਕਹਿੰਦਾ ਮੈਂ ਪ੍ਰੀਤੀ ਜੰਡਾ ਨੂੰ ਪਿਆਰ ਕਰਦਾ ਪ੍ਰੀਤੀ ਜੀਟ ਆਈ ਲਵ ਯੂ ਆ ਸਿਲਕ ਰੋਡ ਬਣਾਇਆ ਦੇਖੋ ਬਈ ਸਾਰਾ ਸਤਿ ਸ਼੍ਰੀ ਅਕਾਲ ਇੱਕ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ ਜਿਨ੍ਹਾਂ ਨੇ ਪਿਛਲਾ ਵਲੌਗ ਦੇਖਿਆ ਸੀ ਆਪਾਂ ਖੀਵਾ ਘੁੰਮਿਆ ਵੀ ਇਹ ਚੈਕਿੰਗ ਕੀਤੀ ਟ੍ਰੇਨ 'ਚ ਸਮਰਕੰਡ ਆਪਾਂ ਆ ਗਏ ਸੀ ਅੱਜ ਆਪਾਂ ਸਮਰਕੰਡ ਦਾ ਸਭ ਤੋਂ ਮਸ਼ਹੂਰ ਉਜ਼ਬੇਕਿਸਤਾਨ ਦਾ ਬਾਜ਼ਾਰ ਘੁੰਮਣ ਜਾ ਰਹੇ ਹਾਂ ਉਰੇ ਕਾਫੀ ਠੰਡ ਹੈ ਯਾਰ ਉੱਥੇ ਗਰਮੀ ਸੀ ਤਾਂ ਮੈਂ ਜੈਕਟ ਪਾ ਲਈ ਮੇਰੇ ਹੋਸਟਲ 'ਚੋਂ ਵੀ ਬਾਹਰ ਦਾ ਵਿਊ ਦਿਖਾਉਣਾ ਤੁਹਾਨੂੰ ਪਹਿਲਾਂ ਇਹ ਸਾਰਾ ਬਾਹਰ ਦਾ ਵਿਊ ਹੈ ਵੀ ਦੇਖੋ ਬੱਦਲਵਾਈ ਹੋ ਰਹੀ ਹੈ ਕਿੰਨੀ ਜ਼ਿਆਦਾ ਟ੍ਰੈਫਿਕ ਹੈ ਇਹ ਭਾਈ ਸਾਹਿਬ ਫੇਰ ਮਿਲ ਗਏ ਸਾਨੂੰ ਦੇਖੋ ਸਾਰੇ ਦੇਸ਼ਾਂ ਦੇ ਝੰਡੇ ਲੱਗੇ ਆ ਆਪਦੇ ਮੋਬਾਈਲ ਤੋਂ ਭਾਈ ਨੇ ਟੈਕਸੀ ਬੁੱਕ ਕਰਤੀ ਹੁਣ ਮੈਨੂੰ ਦੇਖੋ ਮੈਂ ਕਿਹਾ ਸੀ ਕੈਂਸਲ ਕਰਦੇ ਕਹਿੰਦਾ ਕਾਹਤੋਂ ਕਰਨੀ ਹੈ ਪੈਸੇ ਵੀ ਪੱਕਾ ਪੱਕਾ ਆ ਗਈ ਟੈਕਸੀ ਮੈਨੂੰ ਐਲਰਜੀ ਹੋ ਗਈ ਯਾਰ ਕਿਸੇ ਚੀਜ਼ ਤੋਂ ਦੇਖੋ ਯਾਰ ਮੇਰੀ ਸਕਿਨ ਥਾਂ ਥਾਂ 'ਤੇ ਵੀ ਐਵੇਂ ਗੋਲੇ ਜਿਹੇ ਬਣ ਗਏ ਉਰੇ ਬਣ ਗਏ ਉਰੇ ਬਾਡੀ 'ਤੇ ਕਾਫੀ ਦਾ ਤਾਂ ਪਹਿਲਾਂ ਮੈਂ ਖਾਊਂਗਾ ਕੁਛ ਫਿਰ ਮੈਡੀਸਨ ਲਊਂਗਾ ਫਿਰ ਘੁੰਮਾਂਗੇ ਅੱਜ ਸਮਰਕੰਡ ਦਾ ਆਪਾਂ ਦੂਜਾ ਹਿੱਸਾ ਐਕਸਪਲੋਰ ਕਰਾਂਗੇ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਦੇਖੋ ਸਾਰੇ ਉਰੇ ਪੀਜ਼ਾ ਸ਼ੋਪ ਨੇ ਹੈ ਨਾ ਉਸ ਦਿਨ ਤਾਂ ਆਪਾਂ ਬਸ ਬੈਂਕ ਦੇ ਚੱਕਰਾਂ 'ਚ ਹੀ ਰੁਲ ਗਏ ਸੀ ਸ਼ਹਿਰ ਤੋਂ ਆਪਾਂ ਬਾਹਰ ਆ ਗਏ ਯਾਰ ਕਿੰਨਾ ਜ਼ਿਆਦਾ ਸੋਹਣਾ ਨਜ਼ਾਰਾ ਪਹਾੜ ਜੇ ਦੇਖੋ ਪੂਰੇ ਪੁਰਾਣੇ ਇੱਧਰਲਾ ਹਿੱਸਾ ਤਾਂ ਦੇਖਿਆ ਹੀ ਨਹੀਂ ਯਾਰ ਇਹ ਤਾਂ ਉੱਤਲੇ ਲੈਵਲ ਦੀ ਗੱਲਬਾਤ ਹੈ ਤੁਰਕਮੇਨਿਸਤਾਨ 'ਚ ਵੀ ਸਾਰੀਆਂ ਇਮਾਰਤਾਂ ਐਵੇਂ ਤੁਹਾਨੂੰ ਵਾਈਟ ਵਾਈਟ ਹੀ ਮਿਲਣਗੀਆਂ ਜਿਵੇਂ ਇਹ ਥੀਮ ਹੈ ਅੱਜ ਆਪਾਂ ਸਮਰਕੰਡ ਦਾ ਮਸ਼ਹੂਰ ਪਲਾਫ ਖਾਵਾਂਗੇ ਬਈ ਇਹ ਕੈਫੇ ਹੈ ਉਰੇ ਕਾਫੀ ਕੈਫੇ ਕੂਫੇ ਨੇ ਰੈਸਟੋਰੈਂਟ ਇੱਧਰ ਹੈ ਕੋਈ ਜੋਨੀ ਔਸ਼ ਹਾਂ ਅੱਜ ਦਾ ਨਾਮ ਹੈ ਜੋਨੀ ਔਸ਼ ਇਹ ਜ਼ਰੂਰ ਟਰਾਈ ਕਰੀਓ ਸਭ ਤੋਂ ਮਸ਼ਹੂਰ ਹੈ ਦੇਖੋ ਲੋਕ ਪੈਕ ਕਰਾ ਕੇ ਜਾ ਰਹੇ ਆ ਕਾਫੀ ਵੱਡਾ ਰੈਸਟੋਰੈਂਟ ਹੈ ਯਾਰ ਕਾਫੀ ਸੀਟਿੰਗ ਹੈ ਦੇਖੋ ਕਾਫੀ ਭੀੜ ਹੈ ਆਹ ਫਾਊਂਟੇਨ ਜਿਹਾ ਲਾਇਆ ਇਹਨਾਂ ਨੇ ਉੱਧਰ ਬੈਠੀਏ ਇੱਥੋਂ ਵੀ ਤੁਸੀਂ ਇਹ ਪਲਾਫ ਲੈ ਸਕਦੇ ਹੋ ਵੀ ਦੇਖੋ ਸਾਰੇ ਸਰਵ ਕਰ ਰਹੇ ਆ ਇਹ ਹੋਰ ਤਰ੍ਹਾਂ ਦੇ ਚੌਲ ਨੇ ਯਾਰ ਡਿਫਰੈਂਟ ਤਰ੍ਹਾਂ ਦਾ ਪਲਾਫ ਹੈ ਤਾਸ਼ਕੈਂਟ ਵਾਲੇ ਵਰਗਾ ਨਹੀਂ ਹੈਗਾ ਇਹਨਾਂ ਦਾ ਕਿਚਨ ਹੈ ਇਹ ਗਾਜਰਾਂ ਹੁੰਦੀਆਂ ਨੇ ਵੀ ਬਾਲੀਆਂ ਹੋਈਆਂ ਵਿੱਚ ਮੀਟ ਕਰਦੇ ਆ ਇਹ ਚੌਲ ਦੇਖੋ ਵਿੱਚ ਆਂਡੇ ਸਲਾਦ ਸਲੂਦ ਇੱਥੇ ਅਲੱਗ ਤਰ੍ਹਾਂ ਦਾ ਸਿਸਟਮ ਹੈ ਯਾਰ ਵੇਟਰ ਸਿਰਫ ਤੁਹਾਨੂੰ ਵੀ ਚਾਹ ਅਤੇ ਸਲਾਦ ਹੀ ਸਰਵ ਕਰਦੇ ਆ ਪਲਾਫ ਤੁਹਾਨੂੰ ਇੱਥੋਂ ਹੀ ਲੈ ਕੇ ਖਾਣਾ ਪਊਗਾ ਹੈ ਨਾ ਤਾਂ ਹੀ ਐਡੀ ਵੱਡੀ ਲਾਈਨ ਲੱਗੀ ਹੋਈ ਹੈ ਜਿਵੇਂ ਸਟਰੀਟ ਫੂਡ ਖਾਂਦੇ ਹੁੰਦੇ ਆ ਰੇਹੜੀ ਵਾਲੇ ਕੋਲ ਉਹਨਾਂ ਟਿੱਕੀ ਜਾਂ ਗੋਲਗੱਪੇ ਦਾ ਸਵਾਦ ਹੀ ਅਲੱਗ ਹੁੰਦਾ ਇਹ ਦੋ ਜਣੇ ਵਾਲੀ ਬਹੁਤ ਯਾਰ ਕਾਫੀ ਵੱਡੀ ਪਲੇਟ ਸਰਵ ਕਰਦੇ ਆ ਇਹ ਵੱਡੀ ਪਲੇਟ ਵੀ 4-5 ਬੰਦਿਆਂ ਵਾਸਤੇ ਜਿਹੜੇ ਇਕੱਠੇ ਬਹਿ ਕੇ ਖਾਂਦੇ ਆ ਆਹ ਲੈ ਗਿਆ ਭਾਈ ਦੇਖੋ ਇਹ 3 ਜਣਿਆਂ ਵਾਸਤੇ ਹੁਣ ਸੀਟ ਲੱਭ ਲਈ ਕਿੱਥੇ ਬਹਿ ਕੇ ਖਾਈਏ ਯਾਰ ਇਹ ਸਾਰਾ ਸਲਾਦ ਆ ਗਿਆ ਵੀ 2-3 ਤਰ੍ਹਾਂ ਦਾ ਦੇਖੋ ਆਹ ਖੀਰੇ ਅਤੇ ਟਮਾਟਰ ਨੇ ਇਕੱਲੇ ਪਿਆਜ਼ ਨੇ ਹੋਰ ਹੈ ਸ਼ਲਗਮ ਆ ਗਿਆ ਕਿਹੜਾ ਸਲਾਦ ਤੁਸੀਂ ਇਹਨਾਂ 'ਚੋਂ ਲੈਣਾ ਸਿਲੈਕਟ ਕਰ ਸਕਦੇ ਹੁੰਦਾ ਦਿਸ ਦਾ ਖਾਰਾ ਸ਼ੋ ਆਹ ਲੱਕੜ ਦੀ ਪੀੜ੍ਹੀ 'ਤੇ ਵੀ ਇਹਨਾਂ ਨੇ ਚਾਕੂ ਰੱਖਿਆ ਹੁੰਦਾ ਦੇਖੋ ਫੋਕ ਰੱਖਿਆ ਹੁੰਦਾ ਹੈ ਨਾ ਖਾਣ ਵਾਸਤੇ ਇਹ ਅਲੱਗ ਚੀਜ਼ ਲੱਗੀ ਹੈ ਇੱਥੋਂ ਦੀ ਦੇਖਦੇ ਹਾਂ ਵੀ ਇਹ 'ਚ ਕੀ ਖਾਸ ਹੈ ਇਹਦੀ ਜਿਹੜੀ ਸੁਗੰਧ ਹੈ ਉਹ ਤਾਂ ਅਲੱਗ ਤਰ੍ਹਾਂ ਦੀ ਹੈ ਬਈ ਕਾਫੀ ਸਵਾਦ ਹੈ ਇਹ ਵੀ ਪਰ ਇਹਦਾ ਟੇਸਟ ਅਲੱਗ ਹੈ ਤਾਸ਼ਕੈਂਟ ਵਾਲੇ ਵਰਗਾ ਨਹੀਂ ਸਾਰੇ ਟੇਬਲਾਂ ਦਾ ਬਿੱਲ ਵੀ ਇਹ ਕਾਪੀ 'ਤੇ ਲਿਖਦੇ ਆ ਦੇਖੋ ਕਾਟੇ ਫਾਟੇ 'ਚ ਹੁਣ ਆਪਾਂ ਚੱਲਦੇ ਹਾਂ ਵੀ ਇੱਥੋਂ ਦੇ ਬਾਜ਼ਾਰ 'ਚ ਲੋਕਲ ਮਾਰਕੀਟ ਘੁਮਾਉਂਦੇ ਹਾਂ ਤੁਹਾਨੂੰ ਆਹ ਗੱਡੀ 'ਤੇ ਦੇਖੋ ਵੀ ਪਰਾਲੀ 'ਚ ਚੱਕੀ ਫਿਰਦਾ ਝਾੜੂ ਪੂਰੇ ਉਹ ਯਾਰ ਉਰੇ ਨਾ ਯਾਰ ਅੰਦਰ ਨੈੱਟਵਰਕ ਭੱਜ ਜਾਂਦਾ ਉਰੇ ਰੈਸਟੋਰੈਂਟ 'ਚ ਜਾਂ ਹਰ ਹਾਂ ਟੈਕਸੀ ਲੈ ਕੇ ਮੈਂ ਪਹੁੰਚ ਗਿਆ ਸਿਓ ਬਾਜ਼ਾਰ ਵੀ ਇਹਦੇ ਐਂਟਰੈਂਸ ਦੇਖੋ ਕਿੰਨੀ ਜ਼ਿਆਦਾ ਸੋਹਣੀ ਹੈ ਯਾਰ ਪੂਰਾ ਪਰਸ਼ੀਅਨ ਆਰਕੀਟੈਕਚਰ ਹੈ ਸਿਓਬ ਇਹਨੂੰ ਲਿਖਦੇ ਆ ਬਈ ਬਜ਼ੋਰ ਬਜ਼ੋਰ ਹੀ ਬੋਲਦੇ ਆ ਮੈਂ ਬਾਜ਼ਾਰ ਨੂੰ
ਜਿਵੇਂ ਆਪਣੇ ਪਿੰਡ ਦੇ ਦਰਵਾਜ਼ੇ ਹੁੰਦੇ ਆ ਨਾ, ਬਸ ਉਵੇਂ ਦੀ ਫੀਲਿੰਗ ਆ ਰਹੀ ਹੈ। ਉਰੇ ਵੀ ਬਹੁਤ ਜ਼ਿਆਦਾ ਭੀੜ ਹੈ। ਇਹ ਸ਼ਹਿਰ ਦਾ ਇਹ ਦਿਲ ਹੈ, ਮਤਲਬ ਦੇਖੋ ਕੱਪੜੇ ਕੁੱਪੜੇ ਨੇ, ਆਹ ਜੋੜਾ ਫਿਰ ਰਿਹਾ, ਹਰ ਤਰ੍ਹਾਂ ਦਾ ਉਰੇ ਤੁਹਾਨੂੰ ਕੱਪੜਾ ਮਿਲ ਜੂਗਾ ਜਿਹੜਾ ਵੀ ਤੁਹਾਨੂੰ ਚਾਹੀਦਾ ਬਈ। ਕਿੰਨੇ ਵਧੀਆ ਐਂ ਲੱਗ ਰਹੇ ਵੀ ਸਾਰੇ ਹੀ ਹੈਂਡਮੇਡ ਹੋਣ, ਹੈ ਨਾ, ਕਿੰਨਾ ਘੈਂਟ ਸਟੱਫ ਹੈ। ਬਾਜ਼ਾਰ ਕਾਫੀ ਖੁੱਲ੍ਹਾ ਵੀ, ਬਹੁਤ ਜ਼ਿਆਦਾ ਸਾਫ਼ ਸਫਾਈ ਹੈ। ਇਹ ਸਾਰਾ ਇਹਨਾਂ ਦੇ ਲੋਕਲ ਡਰਾਈ ਫਰੂਟ ਜੇ ਮਿਲਦੇ ਆ, ਚਾਹ ਚੂਹ ਦੇਖੋ, ਇਹ ਕੁਛ ਖਾਣ ਵਾਲਾ ਯਾਰ, ਜਿਵੇਂ ਆਪਣਾ ਪਿਸਤਾ ਹੁੰਦਾ ਨਾ ਐਵੇਂ ਦਾ ਹੈ ਕੁਛ, ਆਪਣੇ ਜਿਵੇਂ ਗੱਚਕ ਹੁੰਦੀ ਹੈ ਨਾ ਉਵੇਂ ਦੀ ਹੈ ਲੱਡੂ ਜਿਹੜਾ, ਸਾਰੇ ਅਲੱਗ ਅਲੱਗ ਤਿਲਾਂ ਦਾ ਆ ਗਿਆ, ਬਹੁਤ ਜ਼ਿਆਦਾ ਸੋਹਣਾ ਹੈ ਬਈ। ਇਹ ਬਰਫੀਆਂ ਜੀ ਆ ਗਈਆਂ, ਜਿਵੇਂ ਆਪਣੇ ਬਰਫੀਆਂ ਨਹੀਂ ਹੁੰਦੀਆਂ, ਇਹ ਤੋਂ ਬਰਫੀ ਹਲਵਾ ਹਲਵਾ ਹੈ ਬਈ, ਇਹ ਹਲਵਾ ਮਿਲਦਾ ਉਰੇ। ਕਹਿੰਦਾ ਇਸ ਦੇਖੋ, ਇਹ ਟੇਸਟ ਵੀ ਕਰ ਸਕਦੇ ਹੋ, ਇਹ ਹਲਵਾ ਹੈ, ਬਹੁਤ ਸਵਾਦ ਹੈ ਯਾਰ। ਇਹ ਉਹ ਮਸਜਿਦ ਦਾ ਵੀ ਸਾਈਡ ਵਾਲਾ ਵਿਊ ਹੈ ਜਿਹੜੀ ਤੁਹਾਨੂੰ ਉਸ ਦਿਨ ਘੁਮਾਈ ਸੀ। ਇਹ ਬਾਜ਼ਾਰ 'ਚ ਵੀ ਸਾਰੇ ਬੋਰਡ ਲੱਗੇ ਦੇਖੋ, ਓਰੀਐਂਟਲ ਸਵੀਟਸ ਹੈ ਨਾ, ਉਰੇ ਸਾਰਾ ਡੈਜ਼ਰਟ ਮਿਲਦਾ, ਮਿੱਠੀਆਂ ਚੀਜ਼ਾਂ ਮਿਲਦੀਆਂ ਨੇ, ਸਾਰੇ ਲੋਕਲ ਲੋਕ ਖਰੀਦਦਾਰੀ ਕਰ ਰਹੇ ਆ ਵੀ। ਦੇਖੋ ਹਰ ਚੀਜ਼ ਉਰੇ ਤੁਸੀਂ ਖਾ ਕੇ ਦੇਖ ਸਕਦੇ ਹੋ। ਇਹ ਦੇਖੋ ਕੀ ਹੈ, ਜਿਵੇਂ ਇਹ ਤੋਂ ਮਿਸ਼ਰੀ, ਆ ਮਿਸ਼ਰੀ ਹੈ ਬਈ ਇਹ, ਹਾਂ ਮਿਸ਼ਰੀ। ਇਹ ਐਪਰੋਕੈਟ ਆ ਗਿਆ ਵੀ, ਇਹ ਕਿਸ਼ਮਿਸ਼ ਆ ਗਈਆਂ ਨਾ, ਦਾਖਾਂ ਕਿੰਨੇ ਤਰ੍ਹਾਂ ਦੀਆਂ ਨੇ। ਇਹ ਵੀ ਬਦਾਮ ਹੈ, ਇਹ ਖੁੱਲ੍ਹਾ ਜਿਹਾ ਬਦਾਮ ਹੈ, ਮਤਲਬ ਉਹ ਨਹੀਂ ਜਿਹੜਾ ਆਪਾਂ, ਇਹ ਅਲੱਗ ਪ੍ਰਜਾਤੀ ਦਾ ਬਦਾਮ ਹੈ। ਦੇਖੋ ਸਾਰੇ ਡਰਾਈ ਫਰੂਟ ਹੈ ਨਾ, ਦਾਖਾਂ ਦੁੱਖਾਂ ਜੀਆਂ ਪਈਆਂ ਨੇ। ਈਵਨ ਤੁਸੀਂ ਉਰੇ ਟੇਸਟ ਵੀ ਕਰ ਸਕਦੇ ਹੋ ਚੱਕ ਕੇ। ਉਰੇ ਦਾ ਜਿਹੜਾ ਡਰਾਈ ਫਰੂਟ ਹੈ ਨਾ ਯਾਰ, ਕਾਫੀ ਜ਼ਿਆਦਾ ਰਿਚ ਹੈ ਅਫਗਾਨਿਸਤਾਨ ਦਾ ਵੀ। ਜਿਵੇਂ ਆਹ ਦੇਖੋ, ਖਰੀਦਦਾਰੀ ਵੇਲੇ ਤੁਸੀਂ ਕਨਫਿਊਜ਼ ਹੋ ਜਾਓਗੇ ਵੀ ਅਸੀਂ ਖਰੀਦੀਏ ਕੀ। ਇਹ ਪਤਾ ਨਹੀਂ ਕੀ ਯਾਰ, ਮੈਂ ਪਹਿਲੀ ਵਾਰ ਦੇਖ ਰਿਹਾ। ਦੇਖੋ ਐਪਰੀਕੋਟ ਵਰਗਾ ਲੱਗ ਰਿਹਾ, ਇਹ ਵੀ ਪਹਿਲੀ ਵਾਰ ਦੇਖ ਰਿਹਾ ਮੈਂ। ਜੇ ਕਿਸੇ ਨੂੰ ਪਤਾ ਕਮੈਂਟ ਕਰਕੇ ਦੱਸਿਓ। ਕਿੰਨੇ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਰੇ ਫਰੂਟ ਸਜਾਏ ਪਏ ਆ, ਦੇਖੋ ਤੁਸੀਂ ਟਰਾਈ ਕਰ ਸਕਦੇ ਹੋ। ਜਿਵੇਂ ਆਹ ਦੇਖੋ ਮੈਲਨ, ਕੈਨ ਆਈ ਟਰਾਈ? ਓ ਆਹ ਡਰਾਈ ਫਰੂਟ ਤਾਂ ਐਂ ਲੱਗ ਰਿਹਾ ਜਿਵੇਂ ਪ੍ਰੈਸ ਕੀਤੇ ਉਹਨਾਂ ਨੇ ਡੱਬਿਆਂ 'ਚ, ਕਿੰਨੀ ਵਧੀਆ ਤਹਿ ਲਾਈ ਹੋਈ ਹੈ। ਆਹ ਦੇਖੋ ਇਹ ਵੀ ਸਾਰੇ ਸ਼ੀਸ਼ਿਆਂ 'ਚ ਭਰੇ ਪਏ ਆ ਬਾਈ। ਹੈਲੋ, ਆ ਕੀ ਹੈ ਬਾਈ? ਆ ਭਾਈ ਦੇਖੋ ਚਿਣ ਰਿਹਾ। ਆਹ ਸਾਰੀ ਟੋਕਰੀ ਜੀ ਹੈ ਵੀ, ਜਿਵੇਂ ਆਪਾਂ ਵਿਆਹ 'ਚ ਨਹੀਂ ਦਿੰਦੇ ਹੁੰਦੇ ਯਾਰ ਫਰੂਟਾਂ ਦੀ ਟੋਕਰੀ, ਐਵੇਂ 'ਚ ਸਾਰੇ ਨੇ ਦੇਖੋ ਅਲੱਗ ਅਲੱਗ ਤਰ੍ਹਾਂ ਦੇ। ਬਹੁਤ ਜ਼ਿਆਦਾ ਵੱਡਾ ਬਾਜ਼ਾਰ ਹੈ ਵੀ, ਸਿਰਫ ਡਰਾਈ ਫਰੂਟ ਦਾ ਹੀ ਹੈ ਹਿੱਸਾ ਦਾ, ਇਹ 'ਚ ਅਲੱਗ ਅਲੱਗ ਹਿੱਸੇ ਨੇ ਅਤੇ ਦੂਜੇ ਹਿੱਸੇ ਜਿਹੜਾ ਆਪਾਂ ਜਾ ਰਹੇ ਹਾਂ। ਜ਼ਿੰਦਗੀ ਜਿਉਣ ਵਾਸਤੇ ਖਾਣ ਲਈ ਜਿੰਨੀਆਂ ਵੀ ਚੀਜ਼ਾਂ ਚਾਹੀਦੀਆਂ ਨੇ ਉਰੇ ਤੁਹਾਨੂੰ ਸਾਰੀਆਂ ਮਿਲ ਜਾਣਗੀਆਂ, ਮਸਾਲੇ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼। ਆਹ ਦੇਖੋ ਆਰਟੀਫਿਸ਼ਲ ਜਿਹਨਾਂ ਨੇ ਘੁੱਗੂ ਜੇ ਬਣਾਏ ਹੋਏ, ਇਹ ਵੀ ਵਿਕ ਰਿਹਾ ਥਾਲਾਂ ਜਿਹਾ 'ਚ, ਹੈ ਨਾ, ਇਹ ਵੀ ਪੈਕ ਕੀਤੇ ਜਿਵੇਂ ਪੇਠਾ ਨਹੀਂ ਹੁੰਦਾ ਮਿਸ਼ਰੀ ਹੈ। ਸਾਰੇ ਤਰ੍ਹਾਂ ਦੀ ਇੱਥੋਂ ਦੀ ਵੀ ਟ੍ਰੈਡੀਸ਼ਨਲ ਕਰੋਕਰੀ ਤੁਹਾਨੂੰ ਮਿਲ ਜੂਗੀ। ਦੇਖੋ ਇਹ ਚਾਹ ਇਹ ਮੱਗ ਜੇ ਦੇਖੋ ਕਿੰਨੇ ਵਧੀਆ ਹੁੰਦੀਆਂ ਨੇ ਨਾ, ਪੋਟ ਇਹ ਚਾਹ ਲਈ ਕਿੰਨੀ ਵਧੀਆ ਹੈ। ਇਹ ਸਾਰੀਆਂ ਇਹਨਾਂ ਦੀਆਂ ਟ੍ਰੈਡੀਸ਼ਨਲ ਟੋਪੀਆਂ ਆ ਗਈਆਂ ਵੀ ਉਜ਼ਬੇਕਿਸਤਾਨ ਦੀਆਂ, ਸਾਰੀਆਂ ਇਹ ਹੈਂਡਮੇਡ ਨੇ ਵੀ। ਇਹਦਾ ਸਟੱਫ ਦੇਖੋ ਕਿੰਨਾ, ਆਹ ਸਾਰੇ ਮਸਾਲੇ ਆ ਗਏ ਵੀ, ਹੈ ਨਾ। ਆਹ ਪਤਾ ਨਹੀਂ ਕੀ ਯਾਰ, ਜਿਵੇਂ ਮਿਰਚਾਂ ਹੁੰਦੀਆਂ ਨੇ, ਮਿਰਚਾਂ ਨਹੀਂ ਹੈਗੀਆਂ ਯਾਰ, ਇਹ ਪਤਾ ਨਹੀਂ ਕੀ ਹੈ। ਇਹ ਹਲਦੀ ਹੈ ਪਤਾ ਹੈ, ਉਹ ਕਾਲੀਆਂ ਮਿਰਚਾਂ ਆ ਗਈਆਂ, ਹੈ ਨਾ। ਕਾਫੀ ਤਰ੍ਹਾਂ ਦੇ ਉਰੇ ਲੋਕਲ ਮਸਾਲੇ ਨੇ ਇਹਨਾਂ ਦੇ, ਦੇਖੋ ਇਹ ਪੈਕਟਾਂ 'ਚ। ਇਹ ਪੂਰੀ ਟੋਕਰੀ 'ਚ ਵੀ ਅਲੱਗ ਤਰ੍ਹਾਂ ਦੇ ਸਾਰੇ ਮਸਾਲੇ ਨੇ, ਥੋੜ੍ਹੇ ਥੋੜ੍ਹੇ ਖਰੀਦ ਕੇ ਲੈ ਕੇ ਜਾ ਸਕਦੇ ਹੋ। ਦੇਖੋ ਇਹ ਸਾਰੇ ਡਰਾਈ ਮਸਾਲੇ ਇਹਨਾਂ ਨੇ ਇਹਦੇ ਵਿੱਚ ਭਰੇ ਹੋਏ ਆ, ਇਹ ਭਾਈ ਸਾਹਿਬ ਵੇਚ ਰਹੇ। ਇੱਥੋਂ ਤੂਤੀ, ਆਹ ਤੂਤੀਆਂ ਵੇਚ ਰਹੀ ਹੈ ਦੇਖੋ, ਕੈਨ ਆਈ ਟਰਾਈ? ਸਕੋਲ ਕਾ ਦੋ ਸਿਤ ਉਤਸ ਤ੍ਰਿਸਤ ਤ੍ਰਿਸਤ। ਮੈਂ ਇਹਨਾਂ ਨੂੰ ਕਹਿ ਰਿਹਾ ਵੀ ਮੈਨੂੰ ਥੋੜ੍ਹੀਆਂ ਜਿਹੀਆਂ ਤੂੰਦੀਆਂ ਦੇ ਦਿਓ ਯਾਰ, ਹੈਲਪ ਕਰਨੀ ਚਾਹੁੰਦਾ ਮੈਂ। ਇਹ ਕਹਿੰਦੀ ਇਹ ਸਾਰੀਆਂ ਖਰੀਦੋ, ਮੈਂ ਸਾਰੀਆਂ ਕਿੱਥੇ ਖਾਊਂਗਾ ਇੰਨੀਆਂ। ਇਹ ਬੱਚੀ ਦੇਖੋ ਛੋਟੀ ਜੀ,
ਪਿਛਲੀ ਵਾਰ ਮੈਂ ਖਾਇਆ ਸੀ ਬਹੁਤ ਜ਼ਿਆਦਾ ਵੀ ਮਤਲਬ ਖਾਰਾ ਹੁੰਦਾ ਹੈ ਨਾ, ਪਤਾ ਨਹੀਂ ਕਾਹਦਾ ਬਣਾਉਂਦਾ, ਇਹ ਤੋਂ ਮੈਂ ਲਿਫਾਫਾ ਲਿਆ ਵੀ ਹੈ ਨਾ। ਮਲੰਕੀ ਮੈਨੂੰ ਕਿਹਾ ਯਾਰ ਥੋੜੀਆਂ ਜਿਹੀਆਂ ਪਾ ਦੇ ਇਹਦੇ ਵਿੱਚ, ਇਹ ਕਹਿੰਦੀ ਸਾਰੀਆਂ ਲੈਣੀ ਆ, ਮੈਂ ਤੂੰ ਖਾਈਆਂ ਹੀ ਨਹੀਂ ਜਾਣੀਆਂ। ਆ ਮੰਨ ਗਈ ਦਾਦਾ ਹਾਂ ਖਰਾ ਸ਼ੋ ਸਪੈਸੀ ਵਾ। ਵੈਸੇ ਵੀਰੇ ਤੂੰ ਤਾਂ ਥਾਂ ਥਾਂ ਨੇ, ਬਸ ਮੈਂ ਉਹਨਾਂ ਦੀ ਹੈਲਪ ਹੀ ਕਰਨਾ ਚਾਹੁੰਦਾ ਸੀ, ਬਸ ਸਵਾਦ ਨੇ ਯਾਰ ਤੂੰ ਦੀਆਂ, ਕਿਉਂਕਿ ਬਹੁਤ ਜ਼ਿਆਦਾ ਮਿੱਠੀਆਂ ਨੇ। ਸਬਜ਼ੀਆਂ ਵਾਲੇ ਏਰੀਏ 'ਚ ਆ ਗਿਆ ਵੀ ਇਹ ਡਾਇਰੈਕਟ ਕਿਸਾਨ ਨੇ, ਸਾਰੇ ਆਪਦੇ ਖੇਤਾਂ 'ਚੋਂ ਲਿਆਉਂਦੇ ਔਰ ਇਹ ਵੇਚਦੇ ਆ। ਇਹਨੂੰ ਤੁਸੀਂ ਕਿਸਾਨਾਂ ਦੀ ਮੰਡੀ ਵੀ ਕਹਿ ਸਕਦੇ ਹੋ, ਸਾਰੀਆਂ ਤੁਹਾਨੂੰ ਫਰੈਸ਼ ਸਬਜ਼ੀਆਂ ਮਿਲਣਗੀਆਂ। ਇਹ ਐਂ ਖਾਂਦੇ ਆ ਵੀ ਕੱਟ ਕੇ ਇਹਨੂੰ, ਕੋਈ ਉਹ ਨਹੀਂ ਕਰਦੇ ਵੀ ਆਹ ਦੇਖੋ ਧਨੀਆ ਪਿਆ ਬਈ, ਇਹ ਪਤਾ ਨਹੀਂ ਕੀ ਹੈ, ਸ਼ਿਮਲਾ ਮਿਰਚ ਦੇਖੋ ਪੀਲੀ, ਆਹ ਲਸਣ ਦੇਖੋ ਇਹ ਵੀ ਜਮ੍ਹਾਂ ਕੱਟਿਆ, ਦੇਖੋ ਲਸਣ ਤਾਜ਼ਾ ਕੱਟਿਆ ਆ, ਲਸਣ ਪੱਟ ਕੇ ਵੀ ਜਮ੍ਹਾਂ, ਦੇਖੋ ਭੂਖ ਵੀ ਅਜੇ ਐਂ ਹੈ ਇਹਦੀ। ਇਹ ਸਾਰਾ ਮਸਾਲਿਆਂ ਵਾਲਾ ਏਰੀਆ ਵੀ, ਸਾਰੇ ਮਸਾਲੇ ਨੇ ਇੱਥੋਂ ਦੇ ਕੁਦਰਤੀ, ਜੀਰਾ ਪਿਆ ਵੀ, ਧਨੀਆ ਪਿਆ। ਇਹ ਦੇਸ਼ਾਂ 'ਚ ਵੀ ਖੀਰਾ ਅਤੇ ਟਮਾਟਰ ਬਹੁਤ ਖਾਂਦੇ ਆ, ਈਵਨ ਰਸ਼ੀਆ 'ਚ ਵੀ ਤੁਸੀਂ ਦੇਖਿਆ ਸੀ, ਕਿਉਂਕਿ ਮੀਟ ਬਹੁਤ ਜ਼ਿਆਦਾ ਖਾਂਦੇ ਆ, ਤਾਂ ਟਮਾਟਰ ਵੀ ਉਰੇ ਤੁਹਾਨੂੰ ਤਕੜੀ ਕੁਆਲਿਟੀ ਦੇ ਮਿਲਣਗੇ, ਦੇਖੋ ਸਾਰੇ ਕਿੰਨੇ ਘੈਂਟ ਘੈਂਟ ਟਮਾਟਰ ਨੇ। ਇੱਥੇ ਜਿਵੇਂ ਆਪਾਂ ਮੂੰਗਫਲੀਆਂ ਖਾਂਦੇ ਆ ਵੀ, ਐਂ ਇਹ ਸਨਫਲਾਵਰ ਸੀਡ ਖਾਂਦੇ ਆ ਜਾਂ ਹੋਰ, ਹੈ ਨਾ, ਅਲੱਗ ਅਲੱਗ ਸੀਡ ਨੇ ਸਾਰੇ, ਬਹੁਤ ਵਧੀਆ ਹੁੰਦੇ ਆ ਇਹ ਸਰੀਰ ਵਾਸਤੇ, ਦੇਖੋ ਕਿਲੋਆਂ ਦੇ ਹਿਸਾਬ 'ਚ ਤੁਸੀਂ ਖਰੀਦ ਸਕਦੇ ਹੋ। ਇਹ ਸਾਰੇ ਤੇਲ ਤੂਲ ਆ ਗਿਆ ਬਈ, ਇਹ ਪਤਾ ਨਹੀਂ ਕਾਹਦਾ ਤੇਲ ਹੈ ਯਾਰ, ਸਰੀਰ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਵਧੀਆ ਹੀ ਖਾਣਾ ਆਪਾਂ ਨੂੰ ਸਰੀਰ ਨੂੰ ਦੇਣਾ ਚਾਹੀਦਾ ਹੈ ਨਾ, ਫਾਸਟ ਫੂਡ ਵਗੈਰਾ ਛੱਡ ਕੇ ਸਾਰਾ ਹੀ ਟੋਪ ਲੈਵਲ ਦਾ ਖਾਣਾ ਹੈ। ਇਹਨੂੰ ਆਪਾਂ ਵੀ ਔਰਤਾਂ ਦਾ ਬਾਜ਼ਾਰ ਵੀ ਕਹਿ ਸਕਦੇ ਹਾਂ, ਕਿਉਂਕਿ ਉਰੇ ਡੋਮੀਨੈਂਟ ਔਰਤਾਂ ਕਰਦੀਆਂ ਨੇ, ਜਿੰਨੇ ਵੀ ਵੈਂਡਰ ਨੇ ਜ਼ਿਆਦਾਤਰ ਔਰਤਾਂ ਹੀ ਨੇ, 99% ਬੰਦੇ ਤੁਹਾਨੂੰ ਘੱਟ ਹੀ ਮਿਲਣਗੇ। ਇਹ ATM ਵੀ, ਟੋਇਲਟ ਸਾਰਾ ਕੁਛ ਹੈ ਵੀ ਇਹ ਮਾਰਕੀਟ ਦੇ ਅੰਦਰ, ਹਰ ਚੀਜ਼ ਦਾ ਪ੍ਰਬੰਧ, ਈਵਨ ਬੈਂਕ ਵੀ ਹੈ। ਆਹ ਬੇਬੇ ਦੇਖੋ ਵੀ ਮੱਛੀ ਵੇਚ ਰਹੀ ਹੈ, ਕਿਵੇਂ ਕੱਟੀ ਹੋਈ ਹੈ ਨਾ, ਛੋਟੀਆਂ ਛੋਟੀਆਂ ਮੱਛੀਆਂ ਜੀਆਂ ਨੇ। ਇਹ ਸਾਰੀ ਸਬਜ਼ੀ ਵਾਲੀ ਮਾਰਕੀਟ 'ਚ ਆ ਗਿਆ, ਇਹ ਦਿਖਾਉਣਾ ਤੁਹਾਨੂੰ, ਇਹ ਬਹੁਤ ਹੀ ਜ਼ਿਆਦਾ ਘੈਂਟ ਹੈ ਬਈ। ਆਹ ਦੇਖੋ ਐਂ ਉਰੇ ਸਮਾਨ ਦੀ ਢੋਆ ਢੋਈ ਹੁੰਦੀ ਹੈ, ਉਰਾਂ ਤੋਂ ਉੱਪਰਾਂ ਸਾਰਾ ਕੁਛ ਖੇਤਾਂ 'ਚੋਂ ਫਰੈਸ਼ ਆਉਂਦਾ ਵੀ। ਉਰੇ ਤੁਹਾਨੂੰ ਗਾਜਰਾਂ ਵੀ ਦੋ ਤਿੰਨ ਤਰ੍ਹਾਂ ਦੀਆਂ ਮਿਲ ਜਾਣੀਆਂ, ਲਾਲ ਦੀਆਂ ਨੇ ਦੇਖੋ, ਇਹ ਵੀ ਗਾਜਰਾਂ ਨੇ, ਆਹ ਕਿਵੇਂ ਦੀਆਂ ਨੇ, ਪੀਲੀਆਂ ਜਿਹੀਆਂ ਗਾਜਰਾਂ, ਆਹ ਗੰਢੇ ਗੁੰਢੇ ਹੈ ਨਾ, ਬਿਲਕੁਲ ਫਰੈਸ਼। ਇੱਕ ਵੀ ਤੁਹਾਨੂੰ ਫੋਲਕ ਨਹੀਂ ਮਿਲੂਗਾ ਯਾਰ ਫਲੋਰ 'ਤੇ, ਜਮ੍ਹਾਂ ਵੀ ਗੰਦ ਨਹੀਂ, ਇੰਨੀ ਸਾਫ਼ ਸਬਜ਼ੀ ਮੰਡੀ ਦੇਖੀ ਹੈ ਕਦੇ? ਚਾਈਨਾ 'ਚ ਐਵੇਂ ਦੀ ਮਾਰਕੀਟ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗੀ, ਵੀ ਕਾਰਨ ਉੱਥੇ ਸਾਰਾ ਕੁਛ ਔਨਲਾਈਨ ਹੈ, ਉਹ ਸਬਜ਼ੀਆਂ ਫਰੂਟ ਸਾਰਾ ਕੁਛ ਔਨਲਾਈਨ ਹੀ ਔਡਰ ਕਰਦੇ ਆ, ਆਹ ਥੋੜ੍ਹੇ ਟਾਈਮ 'ਚ ਹੀ ਡਿਲੀਵਰ ਹੋ ਜਾਂਦਾ। ਇੱਧਰ ਮਾਸ ਆ ਗਿਆ ਵੀ ਸਾਰਾ, ਦੇਖੋ ਇਹ ਟੰਗਿਆ ਪਿਆ, ਪਤਾ ਨਹੀਂ ਕਿਹੜੇ ਜਾਨਵਰ ਦਾ, ਇਹਨਾਂ ਨੂੰ ਦੇਖੋ ਕਿਵੇਂ ਲਟਕਾਇਆ ਪਿਆ, ਪਤਾ ਨਹੀਂ ਕਾਹਦਾ, ਰੱਬ ਜਾਣੇ, ਰੈੱਡ ਮੀਟ ਹੈ ਯਾਰ ਇਹ ਸਾਰਾ, ਰੈੱਡ ਮੀਟ। ਇੱਧਰ ਵੀ ਇਹ ਸਾਰੀ ਕਰੋਕਰੀ ਆ ਗਈ, ਦੇਖ ਸਕਦੇ ਹੋ ਤੁਸੀਂ ਉੱਪਰਲੇ ਲੈਵਲ ਦੀ ਹੈ, ਉਜ਼ਬੇਕਿਸਤਾਨ ਹੈ, ਰੇਗਿਸਤਾਨ ਇਹਨਾਂ ਨੇ ਛਾਪਿਆ, ਸਮਰਕੈਂਡ ਕਿੰਨਾ ਜ਼ਿਆਦਾ ਸੋਹਣਾ। ਇਹ ਸੇਬ ਦੇਖੋ ਯਾਰ, ਇਹ ਲੱਗ ਰਿਹਾ ਜਿਵੇਂ ਅਸਲੀ ਅਨਾਰ। ਇਹ ਬੇਬੇ ਪਨੀਰ ਵੇਚ ਰਹੀ ਹੈ ਵੀ, ਇਹ ਦੁੱਧ ਤੋਂ ਬਣਾਉਂਦੇ ਆ ਪਨੀਰ, ਮਤਲਬ ਉਰੇ ਵੀ ਗਾਂ ਗਵਾਉਂਦੇ ਆ ਨਾ, ਦੁੱਧ ਤੋਂ ਲੱਸੀ ਵੀ ਮਿਲਦੀ ਹੈ, ਸਾਰਾ ਕੁਛ, ਇਹ ਫਰੈਸ਼ ਹੈ ਵੀ ਸਾਰਾ ਪਨੀਰ। ਸਟ੍ਰੋਬੈਰੀ ਬਿਲਕੁਲ ਫਰੈਸ਼ ਵੀ ਖੇਤਾਂ 'ਚੋਂ ਆਈ ਹੋਈ, ਆਹ ਆੜੂ ਹੈ ਅਤੇ ਇਹ ਵੀ ਬੈਰੀ ਹੈ, ਇਹਦਾ ਮੈਂ ਨਾਂ ਭੁੱਲ ਗਿਆ ਕੀ ਕਹਿੰਦੇ ਆ, ਟੋਕਰਾ ਇਹਨੇ ਪੂਰਾ ਹੀ ਭਰ ਕੇ ਰੱਖਿਆ ਬਈ। ਆਹ ਮਸ਼ੀਨ ਜੀ ਵੀ ਜੂਸ ਕੱਢਦੀ ਹੈ ਫਰੈਸ਼ ਬਿਲਕੁਲ, ਸੰਤਰੇ ਦਾ ਇਹ ਅਨਾਰ ਹੈ ਨਾ, ਇਹ ਬੋਟਲਾਂ ਵੀ ਲੈ ਸਕਦੇ ਹੋ ਤੁਸੀਂ ਭਰੀਆਂ ਪਈਆਂ ਨੇ, ਅਨਾਰ ਦਾ ਜੂਸ ਹੈ। ਹੈਲੋ ਸਕੋਲਕਾ, ਹਾਊ ਮਚ, 30,000, ਇਹ 200 ਦੀ ਹੈ ਵੀ ਇੱਕ ਬੋਤਲ, ਐਂਡ ਆਹ ਗਲਾਸ ਲੁਸ਼ਕਾ 1,500 ਰੁਪਏ ਦਾ ਕਹਿ ਰਿਹਾ ਗਲਾਸ, ਹੈ ਦਾ ਨੋ ਫਰੈਸ਼ ਫਰੈਸ਼
ਨੀਅਤ ਨੀਅਤ ਪਾਓ। ਹਾਂ ਸਾਰੇ ਲੋਕਲ ਲੋਕ ਵੀ ਸ਼ੋਪਿੰਗ ਕਰਕੇ ਜਾ ਰਹੇ ਆ, ਦੇਖੋ ਫੁੱਲ ਜੇ ਉਰੇ ਕਾਫੀ। ਵੈਸੇ ਉਹ ਮਹਿੰਗਾ ਲਾ ਰਿਹਾ ਸੀ ਹਨਾ, 100 ਰੁਪਏ ਦਾ, ਉਹ 60-70 ਰੁਪਈਆਂ ਦਾ ਗਲਾਸ ਮਿਲਦਾ ਉਰੇ। ਬ੍ਰੈਡ ਦਾ ਉਰੇ ਕੁਆਂਟਲਾਂ 'ਚ ਮਿਲ ਜੂਗਾ, ਦੇਖੋ ਕਿੱਡੇ ਕਿੱਡੇ ਬ੍ਰੈਡ ਪਏ ਨੇ ਹਨਾ, ਸਾਰੇ ਇੰਨਾ ਜ਼ਿਆਦਾ ਬ੍ਰੈਡ ਖਾਂਦੇ ਆ। ਘੰਟਾ ਹੋ ਗਿਆ ਰੇ ਮਾਰਕੀਟ ਦੇ ਵਿੱਚ ਮੈਨੂੰ ਘੁੰਮਦੇ ਨੂੰ, ਬਹੁਤ ਜ਼ਿਆਦਾ ਆਨੰਦ ਆ ਰਿਹਾ। ਬੱਦਲਵਾਈ ਵੀ ਹੋ ਰਹੀ, ਮੀਂਹ ਨਾ ਆ ਜਾਵੇ ਬਸ। ਆਹ ਬੇਬੇ ਵੀ ਤੂੰਤੀਆਂ ਵੇਚ ਰਹੀ ਹੈ ਵੀ, ਇਹ ਤਾਂ ਆਪਾਂ ਨੇ ਖਰੀਦੀਆਂ ਸੀ, ਇਹ ਕਾਲੀਆਂ ਤੂੰਤੀਆਂ ਨੇ, ਕਿੰਨੀਆਂ ਘੈਂਟ ਲੱਗ ਰਹੀਆਂ ਨੇ। ਇਹ ਦੂਜੇ ਕੋਲੇ ਆ ਗਿਆ ਵੀ, ਇਹਦੇ ਕੋਲੇ ਦੋ ਇਹ ਡੱਬੇ ਜੇ ਨੇ, ਦੇਖੋ ਇਹ ਵੀ ਹਨਾ ਫਰੈਸ਼ ਕੱਢ ਰਿਹਾ। ਹਾਂ ਪੋਮੀਗ੍ਰੈਨਾ ਸਕੋਲਕਾ 3000 ਓਕੇ, ਐਂਡ ਲੁਸਕਾ ਇੱਥੋਂ ਸਕੋਲਕਾ 15000 ਸਹੀ ਰੇਟ ਤਾਂ ਸਹੀ ਕਹਿ ਰਹੇ। ਆ ਦੇਖੋ ਐਂ ਕੱਢਦਾ ਲੈ ਦੱਬਦਾ, ਬਿਲਕੁਲ ਫਰੈਸ਼ ਕੁਆਲਿਟੀ ਚੈੱਕ ਕਰੋ ਵੀ ਤੁਸੀਂ ਸੰਤਰੇ ਦੀ ਹਨਾ, ਨਾਲੇ ਰੰਗ ਕਿੰਨਾ ਘੈਂਟ ਹੈ। ਆ ਇੱਧਰ ਨੇ ਆਹ ਸਾਰਾ ਡਸਟਬੀਨ ਹੈ, ਆਹ ਕੱਟੇ ਪਏ ਆ। ਲੋ ਬਈ ਕੱਢਦਾ ਜੂਸ, ਸੌ ਰੁਪਏ ਦਾ ਵੀ ਜੂਸ ਦਾ ਗਲਾਸ, ਚੱਲ ਮੈਂ ਪੀ ਲਈਏ ਥੋੜੀ ਇਮਿਊਨਿਟੀ ਬੂਸਟ ਹੋ ਜੂਗੀ। ਜੂਸ ਪੀ ਕੇ ਵੀ ਸਵਾਦ ਹੀ ਆ ਗਿਆ, ਇੰਨਾ ਜ਼ਿਆਦਾ ਮਿੱਠਾ ਨਾ ਮੈਂ ਦੱਸ ਨਹੀਂ ਸਕਦਾ, ਕੁਦਰਤੀ ਨਾ ਇਹਦੇ ਵਿੱਚ ਕੋਈ ਬਰਫ਼ ਆਪਣੇ ਦਾ, ਬਰਫ਼ ਮਤਲਬ ਜੂਸ ਤਾਂ ਹੁੰਦਾ ਹੀ ਨਹੀਂ, ਬਰਫ਼ ਮਿੱਠਾ ਹੀ ਹੁੰਦਾ ਹੈ ਬਸ। ਉੱਚਨ ਉੱਚਨ ਕੂਸਣਾ ਹਿੰਦੁਸਤਾਨ ਇੰਡੀਆ ਦਾ ਦਾ ਲੁਬਲੂ ਲੁਬਲੂ ਉਜ਼ਬੇਕਿਸਤਾਨ। ਮੈਂ ਕਿਹਾ ਵੀ ਲਵ ਫਰੋਮ ਇੰਡੀਆ। ਭਰਤੀਆਂ ਵੀ ਬੋਤਲਾਂ ਦੇਖੋ, ਮਿੰਟ ਲਾਉਂਦਾ ਦੋ ਭਰਤੀਆਂ, ਲੋ ਐਕਸਪਰਟ ਹੈ ਪੂਰਾ। 15000 ਦਾ ਜੂਸ ਦਾ ਗਲਾਸ ਤੁਸੀਂ ਪੀਤਾ ਬਰਾਤ, ਬਿਲਕੁਲ ਤਾਜ਼ੇ ਨੋਟ ਦੇ ਦੇ ਇਹਨੂੰ ਜੂਸ ਵਾਂਗੂ। ਜੂਸ ਜਾਸ ਪੀ ਕੇ ਇੱਧਰ ਆ ਗਏ ਵੀ, ਇਹ ਸਰਾਣੇ ਨੇ ਸਾਰੀਆਂ ਰਜਾਈਆਂ ਦੇਖੋ ਕਿੰਨੀਆਂ ਸੋਹਣੀਆਂ ਨੇ ਵੀ ਹਨਾ, ਘਰੇ ਲੈ ਜਾਣ ਦਿਲ ਕਰਦਾ ਆਪਦੇ ਕਮਰੇ 'ਚ ਸਰਾਣਾ ਲਾ ਕੇ ਸੋਇਆ ਕਰਾਂ। ਆਹ ਚਾਈਨਾ ਵਾਲਾ ਡਿਪਾਰਟਮੈਂਟ ਆ ਗਿਆ ਵੀ, ਪੱਖਾ ਜਿਹਾ ਚਾਈਨੀ ਝੱਲਦੇ ਹੁੰਦੇ ਆ ਹਨਾ, ਆਹ ਚਾਈਨਾ ਵਾਲੇ ਕੱਪੜੇ ਵੀ ਐਵੇਂ ਦੇ ਪਾਉਂਦੇ ਹੁੰਦੇ ਨੇ ਕੁੜੀਆਂ, ਕਾਫੀ ਘੈਂਟ ਨੇ ਯਾਰ ਉਰੇ ਚੁੰਨੀਆਂ ਚਾਨੀਆਂ, ਬੈਗ ਇੰਨਾ ਘੈਂਟ ਹੈ। ਇਹ ਬਾਜ਼ਾਰ ਦੇ ਵੀ 4 ਗੇਟ ਨੇ, ਆਪਾਂ ਐਂਟਰ ਹੋਰ ਤੋਂ ਕੀਤੇ ਸੀ, ਇਹ ਹੋਰ ਗੇਟ ਆ ਗਿਆ। ਅਤੇ ਉਰੇ ਗਰੀਬੀ ਦਾ ਹਿਸਾਬ ਲਾ ਲਓ ਵੀ ਹਨਾ, ਸਿਰਫ 200 ਰੁਪਏ ਪਿੱਛੇ ਉਹ ਤੂਤੀਆਂ ਇੰਨੀਆਂ ਲੈ ਕੇ ਖੜੀਆਂ ਸੀ ਵਿਚਾਰੀਆਂ ਸਾਰਾ ਦਿਨ ਹਨਾ, ਸਿਰਫ ਕਿਤੇ ਨਾ ਵੀ ਵਿਕਣ। ਇਹ ਉਹੀ ਮੌਸਕ ਹੈ ਵੀ ਜਿਹੜੀ ਆਪਾਂ ਚੀਨ ਵਾਲੀ ਕੁੜੀ ਨਾਲ ਘੁੰਮੇ ਸੀ ਹਨਾ, ਉੱਧਰੋਂ ਆਏ ਸੀ ਉਸ ਦਿਨ। ਇਹ ਰੇੜੇ 'ਚ ਤਾਂ ਵੀ ਇਹ ਖਿੱਲਾਂ ਵੇਚ ਰਹੀ ਹੈ, ਅਤੇ ਅਲੱਗ ਤਰ੍ਹਾਂ ਦੀਆਂ ਖਿੱਲਾਂ ਨੇ, ਇਹ ਮਿੱਠੀਆਂ ਖਿੱਲਾਂ ਨੇ, ਫੋਕੀਆਂ ਨਹੀਂ ਹੁੰਦੀਆਂ ਮਿੱਠੀਆਂ, ਦੇਖੋ ਭਰ ਭਰ ਕੇ। ਇਹ ਇੱਥੋਂ ਦੇ ਬਈ ਮੋਚੀ ਨੇ ਹਨਾ, ਬੂਟ ਪਾਲਸ਼ਾ ਕਰਨ ਵਾਲੇ, ਇਹਨਾਂ ਦਾ ਸਟੈਂਡਰਡ ਦੇਖੋ ਵੀ ਕਿੰਨਾ ਤਕੜਾ, ਦੇਖੋ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ। ਦੇਖੋ ਬੈਠੇ ਹਨਾ ਪੂਰੀ, ਇਹਨਾਂ ਦੀ ਦੁਕਾਨ ਟਾਈਪ ਲਾਈ ਹੋਈ ਹੈ ਨਾ, ਉੱਧਰ ਵੀ ਭਾਈ ਸਾਹਿਬ ਮੋਚੀ ਹੈ, ਬੂਟ ਬਾਟ ਗਠਾਣੇ ਹਨਾ ਸਾਰਾ ਕੁਛ ਕਰਦੇ ਆ। ਇਹ ਦੇਖੋ ਆ ਫੁੱਟਬਾਲ ਦੇ ਪੈਂਚਰ ਵੀ ਲਾ ਰਿਹਾ, ਮਲਟੀ ਟੈਲੈਂਟਡ ਬੰਦੇ ਆ, ਸਾਰਾ ਕੁਛ ਹੀ ਕਰਦੇ ਆ। ਪ੍ਰੀਤੀ ਜੀਤਾ ਜ਼ਿੰਦਾ, ਪ੍ਰੀਤੀ ਜੀਤਾ, ਪ੍ਰੀਤੀ ਜੰਟਾ ਜ਼ਿੰਦਾ, ਮੁਗੰਬੋ ਜ਼ਿੰਦਾ, ਓਕੇ ਕਰਸੀਬ ਆ ਦਾ ਹਾਂ ਤਿੱਬੇ ਲੁਬਲੂ ਲੂ ਪ੍ਰੀਤੀ ਜੰਟਾ ਹਾਂ ਲੁਬਲੂ ਯਾ ਲੁਬਲੂ ਓ ਚਿਨ ਲੁਬਲੂ। ਇਹ ਕਹਿੰਦਾ ਮੈਂ ਪ੍ਰੀਤੀ ਜੰਟਾ ਨੂੰ ਪਿਆਰ ਕਰਦਾ, ਆਈ ਲਵ ਯੂ ਪ੍ਰੀਤੀ ਜੀਤਾ, ਆਈ ਲਵ ਯੂ। ਹਾਏ ਹਾਏ ਗਾਣਾ ਲਾ ਦਈਏ ਵੀ ਇੰਡੀਆ ਨੇ, ਆਈ ਲਵ ਯੂ ਇੰਡੀਆ, ਲਵ ਯੂ ਲੁਬਲੂ ਲੂ ਲੁਬਲੂ ਓਕੇ। ਕਿਆ ਨਾਮ ਹੈ? ਮੇਰਾ ਨਾਮ ਜ਼ਿਓ। ਮੇਰਾ ਨਾਮ ਪ੍ਰਗਟ ਹੈ, ਪ੍ਰਗਟ ਹੈ। ਇਹਨੇ ਹੁਣ ਹੋਰ ਗਾਣਾ ਲਾਤਾ, ਬੂਟ ਪਾਲਸ਼ ਕਰਾ ਲੈ ਯਾਰ, ਬਹੁਤ ਦਿਨ ਹੋ ਗਏ ਯਾਰ ਇਹਨਾਂ ਨੂੰ।
ਤਰੀਕਾ ਦੇਖੋ ਇਹਨਾਂ ਦਾ ਵੀ ਬੂਟ ਪਾਲਿਸ਼ ਕਰਨ ਦਾ, ਪੂਰੇ ਕੱਪੜੇ ਕੁਪੜੇ ਲਾ ਕੇ ਲਿਬੜ ਨਹੀਂ ਦਿੰਦੇ, ਦੇਖੋ ਇਹਨਾਂ ਨੇ ਪੂਰਾ ਪਾ ਲਿਆ। ਮਹਿੰਦਰਾ ਫਰੋਮ ਪੰਜਾਬਾ ਇਹਨਾਂ ਦੀ ਵੀ ਰੇਡੀ ਜੀ ਨਾ ਟਾਇਰ ਲੱਗਿਆ, ਇਹਨੂੰ ਰੋੜ ਕੇ ਲੈ ਜਾਂਦੇ ਰੋਜ਼ ਸ਼ਾਮ ਨੂੰ ਘਰੇ, 130 ਰੁਪਏ ਲਏ ਇਹਨੇ। ਇਹ ਭਾਈ ਸਾਹਿਬ ਵੀ ਇੰਡੀਆ ਤੋਂ, ਇਹ ਸਾਰੇ ਜਿਪਸੀ ਨੇ, ਇਹ ਕਹਿੰਦੇ ਸੀ ਰਹਿੰਦੇ ਹੋ ਉਜ਼ਬੇਕਿਸਤਾਨ, ਸੋ ਹਿੰਦੀ ਪਨੀਮਾਓ ਥੋੜ੍ਹਾ ਥੋੜ੍ਹਾ ਥੋੜ੍ਹਾ। ਇਹ ਕਹਿੰਦਾ ਮੈਂ ਜਦੋਂ ਬੱਚਾ ਸੀ ਉਦੋਂ ਰੇ ਆ ਗਿਆ ਸੀ ਇਹਨਾਂ ਦਾ, ਹੁਣ ਮੈਨੂੰ ਇੰਨੀ। ਇਹਦਾ ਬੱਚਾ ਲੱਗ ਰਿਹਾ ਮੈਨੂੰ, ਕੈਂਟ ਬਣਾ ਦੇ ਯਾਰ ਇਹਨੇ ਬਾਈ ਨੇ ਸ਼ੂਜ਼, ਦੇਖੋ ਜਮਾਂ ਨਵੇਂ ਜਿਵੇਂ ਸ਼ੋਰੂਮ ਚੋਂ ਹੀ ਕਢਾਏ ਹੋਣਾ ਨਾ, ਪੂਰੇ ਬਲੈਕ। ਇਹ ਭਾਈ ਦਾ ਵੀ ਇਹੀ ਕੰਮ, ਇਹ ਤੋਂ ਮਸ਼ੀਨ ਦਾ ਕੱਤ, ਹਾਂ ਇਹਨੇ ਮਸ਼ੀਨ ਰੱਖੀ ਹੈ ਵੀ, ਇਹ ਦੇਖੋ ਜੁੱਤੇ ਸਿਉਣ ਵਾਲੀ, ਬਹੁਤ ਹੀ ਜ਼ਿਆਦਾ ਵੱਡਾ ਹੋ ਜਾ ਰਿਹਾ ਯਾਰ, ਬਾਹਲੇ ਇੰਟਰਸਟਿੰਗ ਲੋਕ ਨੇ ਇਹ ਸਾਰੇ ਵੀ, ਜਿਪਸੀ ਨੇ ਜਿਹੜੇ ਵੀ ਤੁਰਦੇ ਫਿਰਦੇ ਉਰੇ ਪਹੁੰਚ ਗਏ ਸੀ ਹਨਾ, ਪਰ ਦੇਖੋ ਆਪਦੇ ਦੇਸ਼ ਨੂੰ ਇਹ ਹਜੇ ਤੱਕ ਨਹੀਂ ਭੁੱਲੇ। ਜਿਹੜੀ ਗੱਲ ਉਹਨੇ ਕਹੀ ਹੈ ਕਿ ਕਹਿੰਦਾ ਮੈਂ ਰਹਿੰਦਾ ਉਜ਼ਬੇਕਿਸਤਾਨ, ਜਿਹੜੀ ਮੇਰੀ ਨੈਸ਼ਨੈਲਿਟੀ ਹੈ ਉਹ ਸਟਿਲ ਇੰਡੀਅਨ ਹੈ, ਘੈਂਟ ਗੱਲ ਸੀ। ਆਪਦਾ ਦੇਸ਼ ਤਾਂ ਆਪਦਾ ਹੀ ਹੁੰਦਾ ਜੇ ਜਿੱਥੇ ਮਰਜ਼ੀ ਚਲਾ ਜਾਵੇ ਬੰਦਾ। ਇਹ ਸਾਰੇ ਬੇਰ ਨੇ ਯਾਰ, ਦੇਖੋ ਕੱਚੇ ਬੇਰ, ਪਤਾ ਨਹੀਂ ਬੇਰ ਨੇ, ਮੈਨੂੰ ਤਾਂ ਬੇਰ ਹੀ ਲੱਗ ਰਹੇ ਨੇ, ਕੱਚੇ ਨੇ ਜਮਾਂ। ਇਹ ਸਾਰਾ ਸਲਾਦ ਹੈ ਵੀ ਸਬਜ਼ੀਆਂ ਦਾ, ਤੁਸੀਂ ਲੈ ਸਕਦੇ ਹੋ ਅਲੱਗ ਅਲੱਗ ਤੋਲ ਕੇ। ਹੈਲੋ ਰਸਤੇ ਵਿੱਚ ਇਹ ਤੋਂ ਸਲਾਦ, ਹਾਂ ਸਲਾਦ ਪੈਸੀ, ਆ ਖੀਰੇ ਖੂਰੇ ਪਾਏ ਹੋਏ ਆ ਦੇਖੋ, ਆ ਗੋਭੀ ਦਾ ਵੀ ਸਲਾਦ ਹੈ, ਚਾਰ ਵਾਂਗੂ ਲੱਗ ਰਿਹਾ ਨਾ ਜਿਵੇਂ ਅਚਾਰ ਹੁੰਦਾ, ਮੈਨੂੰ ਖਵਾ ਰਹੀ ਹੈ, ਖਵਾ ਰਹੀ ਹੈ, ਸਵਾਦ ਹੈ ਯਾਰ, ਮਿੱਠਾ ਮਿੱਠਾ ਹੈ। ਬਾਏ ਬਾਏ ਨੀ ਪ੍ਰੀਵੀਅਸ ਸਲਾਮ, ਨਮਸਤੇ ਨਮਸਤੇ ਨਮਸਤੇ। ਆਪਾਂ ਘੁੰਮਦੇ ਘੁੰਮਦੇ ਵੀ ਮਾਰਕੀਟ ਦੇ ਦੂਜੇ ਪਾਸੇ ਪਹੁੰਚ ਗਏ, ਉਰੇ ਹੇਠਾਂ ਕੁਝ ਦੁਕਾਨਾਂ ਲੱਗੀਆਂ ਹੋਈਆਂ ਨੇ। ਦਰਿਆ ਦੇ ਲੋਕ ਨੇ ਯਾਰ ਉਜ਼ਬੇਕਿਸਤਾਨ ਦੇ, ਹਨਾ, ਮੈਂ ਬੰਦੇ ਨੂੰ ਆਪਣੀਆਂ ਅੱਖਾਂ 'ਤੇ ਹੀ ਬਿਠਾ ਲੈਂਦੇ ਆ ਪਲਕਾਂ 'ਤੇ, ਆ ਅੰਡੇ ਉਂਡੇ ਵੇਚ ਰਹੇ ਆ ਸਾਰੇ। ਇਹ ਇਹਨਾਂ ਦਾ ਮੈਨੂੰ ਵਧੀਆ ਲੱਗਿਆ ਨਾ, ਇਹਦੇ ਅੰਦਰ ਭਰ ਕੇ ਲਿਆਉਂਦੇ, ਉਹਦੇ ਉੱਪਰ ਲਾ ਦਿੰਦੇ ਆ, ਫਿਰ ਐਂ ਲੈ ਜਾਂਦੇ ਇਹਨੂੰ ਤੁਰ ਕੇ। ਪਨੀਰ ਦਾ ਕਿਲੋਆਂ ਦੇ ਭਾਅ ਵਿਕਦਾ, ਦੇਖੋ ਸਾਰਾ ਪਨੀਰ ਵੇਚ ਰਹੀਆਂ ਨੇ ਬੀਬੇ। ਆਹ ਵੀ ਕਫੀਰ ਹੈ, ਮੈਂ ਲੱਸੀ ਹੈ ਦੇਖੋ, ਇਹ ਵੀ ਬੜੀ ਘੈਂਟ ਹੈ, ਹੋਮ ਮੇਡ ਹੈ। ਇੱਧਰ ਵੀ ਸਾਰੀਆਂ ਬੀਬੀਆਂ ਦੇਖੋ ਵੈਸੇ ਗਿਣ ਰਹੀਆਂ ਨੇ ਬਈ, ਚੰਗੀ ਕਮਾਈ ਹੋ ਗਈ। ਅੰਦਰ ਲੈ ਕੇ ਜਾ ਰਹੇ ਦਾਖਾਂ ਜੀਆਂ, ਪਤਾ ਨਹੀਂ ਕੀ ਨੇ। ਇੱਧਰ ਦਾ ਵੀ ਸਾਰੀਆਂ ਬੀਬੀਆਂ ਬ੍ਰੈਡ ਲੈ ਕੇ ਖੜੀਆਂ ਨੇ। ਉਜ਼ਬੇਕਿਸਤਾਨ 'ਚ ਵੀ ਤੁਹਾਨੂੰ ਕਿਸੇ ਦੇ ਵੀ ਦੰਦਾਂ ਦੀ ਸਮੱਸਿਆ ਨਹੀਂ ਮਿਲੂਗੀ, ਦੰਦ ਗਲੇ ਪਏ ਆ ਹਨਾ, ਸਾਰਿਆਂ ਦੇ ਸੋਨੇ ਦੇ ਦੰਦ ਮਿਲਣਗੇ, ਮੈਂ ਟ੍ਰੀਟਮੈਂਟ ਇਹ ਵਧੀਆ ਲੈਵਲ ਦਾ ਕਰਾਉਂਦੇ ਆ ਹਨਾ। ਇੱਧਰ ਕਾਫੀ ਜ਼ਿਆਦਾ ਰੌਣਕ ਹੈ ਵੀ, ਪਰ ਇਹ ਸਾਰੇ ਬ੍ਰੈਡ ਨੇ ਉਰੇ, ਹੋਰ ਕੁਛ ਨਹੀਂ ਹੈਗਾ, ਆਹ ਸੌਸਿਸ ਨੇ ਕੁਛ। ਮੈਂ ਨਾ ਵੀ ਗੁਪਤ ਜਿਹਾ ਲੱਭ ਰਿਹਾ, ਜਿਵੇਂ ਦੋ ਨੰਬਰ ਦਾ ਸਮਾਨ ਹੁੰਦਾ ਨਾ, ਜਿਵੇਂ ਥਾਈਲੈਂਡ ਸੀ ਹੈ ਨਾ ਬਾਜ਼ਾਰ 'ਚ, ਉਰੇ ਕੁਛ ਮਿਲਦਾ ਜਾਂ ਨਹੀਂ। ਸਾਰੇ ਫੁੱਲ ਨੇ, ਪੰਜਾਬੀ ਗਾਣਿਆਂ 'ਚ ਤਾਂ ਫੁੱਲਾਂ ਦਾ ਬਹੁਤ ਡੰਗਾਈ 'ਚ ਜ਼ਿਕਰ ਹੋਇਆ ਹੈ। ਇੱਧਰ ਘਰ ਦੀਆਂ ਜ਼ਰੂਰੀ ਵਸਤਾਂ ਵੀ ਰੱਸੇ ਆ ਗਏ, ਸੰਗਲ ਸੁੰਗਲ ਹੈ ਨਾ, ਸਾਰੇ ਪੱਟੇ ਪੁੱਟੇ ਜੇ। ਇਹ ਉਰੇ ਵੀ ਹੈ, ਇਹ ਪਤਾ ਨਹੀਂ ਕੀ ਸੰਦ ਹੈ ਯਾਰ, ਇਹ ਨਹੀਂ ਮੈਨੂੰ ਸਮਝ ਆਇਆ ਹੈ ਨਾ। ਆਹ ਦੇਖੋ ਵੇਲਣੇ ਤੋਂ ਲੈ ਕੇ ਬਿੰਡੇ ਵੀ ਹੈ ਨਾ, ਸਾਰੇ ਰੱਸੇ ਰੁੱਸੇ ਮੱਝਾਂ ਵਾਲੇ, ਮਤਲਬ ਘਰਾਂ ਵਾਲੇ। ਆਹ ਦੇਖੋ ਗੋਲੇ, ਸਾਰਾ ਕੁਛ ਉਰੇ ਮਿਲ ਜੂਗਾ, ਪੱਟੇ ਪੁੱਟੇ। ਆਹ ਦੇਖੋ ਸਾਰੇ, ਆਹ ਬਰਫ਼ ਜੇ ਟੱਕਣ ਵਾਲੇ ਹੈ ਨਾ, ਇਹ ਦਾਤੀਆਂ ਜਿਹੀਆਂ ਪਈਆਂ ਨੇ, ਉਹ ਕਹਾੜੀ ਵੀ ਪਈ ਹੈ, ਸਾਰਾ ਕੁਛ ਹੀ ਉਰੇ ਹੈ ਕੀ ਨਹੀਂ। ਮੇਰੀ ਮੰਮੀ ਅਕਸਰ ਕਹਿੰਦੀ ਹੁੰਦੀ ਜਦੋਂ ਮੈਂ ਸ਼ਹਿਰ, ਪੁੱਤ ਝਾੜੂ ਲੈ ਕੇ ਆਈ, ਘੈਂਟ ਜਿਹਾ ਲੈ ਕੇ ਆਈ। ਆਹ ਦੇਖੋ ਇਹ ਝਾੜੂ, ਇਹ ਝਾੜੂ ਪਏ ਆ, ਉਹ ਤੇਰੀ ਨੀ ਬਣਾ, ਨੀਅਤ ਫੋਤੋ, ਇਹ ਤੋਂ ਫੋਤੋ, ਨੀਅਤ ਫੋਤੋ, ਨੀਅਤ ਯੂਜ਼ ਟੂ ਹੋ ਰਿਹਾ ਯਾਰ, ਐਵੇਂ ਦੇ ਬਹੁਤ ਐਕਸਪੀਰੀਅੰਸ ਹੁੰਦੇ ਆ, ਮੈਂ ਸ਼ੇਅਰ ਨਹੀਂ ਕਰਦਾ। ਮੋਸਟਲੀ ਦੁਨੀਆ ਵਧੀਆ ਹੀ ਹੈ, ਐਵੇਂ ਦੇ ਬੇਅਕਲ ਤਾਂ ਸਾਰੇ ਕਿਧਰੇ ਹੀ ਹੁੰਦੇ ਹਨ।
ਇਹ ਸਾਰੀਆਂ ਵੀ ਬੇਲਾਂ ਨੇ, ਜਿਵੇਂ ਮਿਰਚਾਂ ਹੈ ਨਾ, ਟਮਾਟਰਾਂ ਦੇ ਸਾਰੇ ਬੂਟੇ ਨੇ, ਜਿਵੇਂ ਆਪਾਂ ਪੌਦੇ ਲਾਉਂਦੇ ਹੁੰਦੇ ਆਪਦੇ ਘਰੇ ਗਾਰਡਨ 'ਚ। ਅੱਧੇ ਲੋਕ ਤਾਂ ਵੀ ਦੁਕਾਨਾਂ ਬੰਦ ਕਰਕੇ ਚਲੇ ਗਏ, ਉਰੇ ਹੈ ਨਹੀਂ ਦੁਕਾਨਾਂ, ਨਹੀਂ ਉਰੇ ਹੋਰ ਵੀ ਬਹੁਤ ਕੁਛ ਮਿਲਦਾ। ਇੱਧਰਲੇ ਪਾਸੇ ਤੋਂ ਵੀ ਇਹ ਪੂਰੀ ਮਸਜਿਦ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਹੈ। ਇਹ ਜੋ ਆਪਣੇ ਸਾਉਣ ਦੇ ਮਹੀਨੇ ਬੋਈਆਂ 'ਚ ਦਿਆ ਕਰਦੇ ਉਹ ਹੈ ਇੱਥੋਂ ਸਕੋਲਕਾ 5000 ਓਕੇ। ਇਹ 30 ਰੁਪਈਆਂ ਦੀ ਇਹ ਵੀ ਇੱਕ ਟਿੱਕੀ ਜੀ ਹੈ ਬਸ, ਇਹਦੇ ਵਿੱਚ ਇਹ ਪਾਈ ਹੋਈ ਹੈ, ਦੇਖੋ ਇਹਨੇ ਮੈਨੂੰ ਦੇਤੀ ਕੁਛ ਪੈਸੇ ਵਾ। ਕਮੈਂਟ ਕਰਕੇ ਇਹਦਾ ਵੀ ਨਾਮ ਦੱਸ ਦਈ ਯਾਰ, ਕਿ ਬਹੁਤ ਚੀਜ਼ਾਂ ਹੁਣ ਮੈਂ ਭੁੱਲਣ ਲੱਗ ਗਿਆ। ਮੇਰੀ ਫੇਵਰੇਟ ਚੀਜ਼ ਹੈ ਇਹ, ਮਤਲਬ ਸਾਉਣ ਦੇ ਮਹੀਨੇ 'ਚ ਜਦੋਂ ਆਪਣੇ ਤੀਆਂ ਲੱਗਦੀਆਂ ਹੁੰਦੀਆਂ ਨੇ। ਇਹ ਸਾਰੇ ਝੋਲੇ ਦੇਖੋ ਕਿੰਨੇ ਘੈਂਟ ਨੇ ਯਾਰ, ਹੈ ਨਾ, ਬਾਹਲੇ ਅਥੈਂਟਿਕ ਨੇ, ਓਲਡ ਜੇ ਲੱਗ ਰਹੇ ਹੈ ਨਾ। ਇਮਾਮੇ ਬੁਖਾਰੀ ਸਮਰਕੰਡ ਹੈ ਨਾ, ਆਹ ਸਿਲਕ ਰੋਡ ਬਣਾਇਆ ਦੇਖੋ ਵੀ ਸਾਰਾ ਸਿਲਕ ਰੋਡ 300 BC AD ਹੈ ਨਾ, ਕਿੰਨਾ ਘੈਂਟ ਲੱਗ ਰਿਹਾ। ਉਸ ਦਿਨ ਵੀ ਮੈਂ ਉਰੇ ਆਇਆ ਸੀ ਬਾਜ਼ਾਰ 'ਚ ਯਾਰ, ਉਹ ਚਾਈਨਾ ਵਾਲੀ ਕੁੜੀ ਨਾਲ, ਪਰ ਮੇਰੇ ਤੋਂ ਇੰਨੀ ਵਲੌਗ ਨਹੀਂ ਬਣਿਆ ਹੈ ਨਾ, ਥੋੜ੍ਹੀ ਜਿਹੀ ਵੀਡੀਓ ਬਣਾਈ ਸੀ ਉਹਦੇ ਨਾਲ। ਉਰੇ ਰੇਗਿਸਤਾਨ ਸਕੇਅਰ ਵੀ ਇੱਥੋਂ 2 ਕਿਲੋਮੀਟਰ ਹੈ, ਇਹ 'ਤੇ ਚੜ੍ਹ ਕੇ ਤੁਸੀਂ ਇੱਥੋਂ ਜਾ ਸਕਦੇ ਹੋ ਨਾ, 10-20 ਰੁਪਏ ਲੈਣਗੇ ਜਿੰਨੇ ਵੀ। ਇਲੈਕਟ੍ਰਿਕ ਨੇ ਸਾਰੇ, ਇਹ ਸਾਰਾ ਵੀ ਇਹ ਗੱਡੀਆਂ ਜੀ ਚੱਲਣ ਵਾਸਤੇ ਰਾਹ ਹੈ, ਅਤੇ ਆਲੇ ਦੁਆਲੇ ਵੀ ਤੁਰਨ ਵਾਸਤੇ, ਸਾਈਕਲਾਂ ਵਾਸਤੇ। ਰੇਗਿਸਤਾਨ ਸਕੇਅਰ ਨੂੰ ਹੀ ਜਾਂਦਾ, ਬਹੁਤ ਜ਼ਿਆਦਾ ਸੋਹਣਾ। ਆਲੇ ਦੁਆਲੇ ਵੀ ਸਾਰੇ ਕੈਫੇ ਕੂਫੇ ਬਣੇ ਹੋਏ ਹੈ ਨਾ, ਸਾਰੇ ਸਟੋਰ ਹੈ, ਮਾਰਕੀਟ ਹੈ। ਰਾਤ ਹੋ ਗਈ ਯਾਰ, ਖਾਣਾ ਪੀਣ ਵਾਲਾ ਕੋਈ ਲੱਭਦੇ ਹਾਂ। ਮੈਂ ਬੈਠਿਆ ਰਿਹਾ ਯਾਰ 1.5 ਘੰਟਾ ਐਵੇਂ, ਬਸ ਫੋਨ ਹੀ ਸਕਰੋਲ ਕਰੀ ਗਿਆ। ਮੈਂ ਖਾਣ 'ਤੇ ਵੀ 700-800 ਰੁਪਈਆ ਲਾ ਦਿੰਦਾ ਹੈ ਨਾ ਰੋਜ਼, ਜੇ ਮੈਂ ਚਾਹਵਾਂ ਵੀ 300 'ਚ ਵੀ ਮੈਂ ਦਿਨ ਲੰਘਾ ਸਕਦਾ, ਮੈਂ ਜਮ੍ਹਾਂ ਥੋੜ੍ਹਾ ਥੋੜ੍ਹਾ ਹੈ ਨਾ ਕੁੱਟ ਕੁੱਟ ਕੇ ਖਾਵਾਂ, ਤਾਂ ਉਹਦਾ ਫਾਇਦਾ ਨਹੀਂ ਯਾਰ, ਕਿਉਂਕਿ ਐਨਰਜੀ ਚਾਹੀਦੀ ਹੈ ਸਰੀਰ ਨੂੰ। ਆਹ ਲੋਕਲ ਜਿਹਾ ਰੈਸਟੋਰੈਂਟ 'ਤੇ ਆਇਆ ਮੈਂ, ਆਹ ਸਮਸਾ ਬਣਾਉਂਦੇ ਆ ਵੀ ਇਹਦੇ ਵਿੱਚ ਬਣ ਰਿਹਾ। ਸਾਰੀ ਸਿਟਿੰਗ ਉਰੇ ਬਾਹਰ ਹੈ ਦੇਖੋ, ਬਾਹਰ ਬੈਠ ਕੇ ਲੋਕ ਖਾ ਰਹੇ ਆਊਟਡੋਰ ਜਿਹਾ ਸਵਾਦ ਨਾਲ। ਆਹ ਸਾਰਾ ਬਾਰਬੀਕਿਊ ਚੱਲ ਰਿਹਾ ਵੀ, ਪਲਾਫ ਤਾਂ ਉਰੇ ਚੱਲਦਾ ਹੀ ਰਹਿੰਦਾ ਹਰ ਟਾਈਮ ਦੇਖੋ, ਹਰ ਬਣਾ ਰਿਹਾ। ਹਿੰਦੁਸਤਾਨ ਦਾ ਕਿੰਨੇ ਵੱਡੇ ਲੈਵਲ ਦੀ ਇਹਨਾਂ ਦੀ ਲਾਈਟਿੰਗ ਹੈ ਵੀ, ਉੱਪਰ ਦੇਖੋ ਬਹੁਤ ਜ਼ਿਆਦਾ ਸੋਹਣਾ ਮਾਹੌਲ ਹੈ। ਮੀਟ ਦੇਖੋ ਇਹਨਾਂ ਨੇ ਕਿਵੇਂ ਸਜਾਇਆ ਪਿਆ ਵੀ, ਬਾਰਬੀਕਿਊ ਵਾਲਾ ਹੀ ਆ ਸਾਰਾ, ਜਮ੍ਹਾਂ ਫੁੱਲ ਹੈ ਵੀ, ਕਿਧਰੇ ਵੀ ਥਾਂ ਨਹੀਂ ਹੈਗੀ ਬੈਠਣ ਨੂੰ। ਆਹ ਦੇਖੋ ਕਿੰਨਾ ਕਿੰਨਾ ਖਾਂਦੇ ਆ, ਜਿਵੇਂ ਕੀ ਲੋਕ ਸਲਾਦ ਵਾਲਾ ਖਾਂਦੇ ਆ ਵੀ, ਇਹ ਥਾਂ ਹੀ ਨਹੀਂ ਹੈ, ਰੈਸਟੋਰੈਂਟ ਫੁੱਲ ਹੈ, ਉਹਦੇ ਤਾਂ ਬਹੁਤ ਟਾਈਮ ਲੱਗ ਜੂਗਾ ਮੈਨੂੰ। ਘੁੰਮ ਫਿਰ ਕੇ ਆ ਗਿਆ ਮੈਂ ਆਪਣੇ ਰੂਮ 'ਚ, ਕਾਫੀ ਥੱਕ ਗਿਆ। ਬਲੌਗ ਇੱਥੇ ਤੱਕ ਸੀ, ਜੇ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੀਓ।